छोटे बच्चे देख लो वड्डी इन्हां च कल्ली उह परले पासे जिहड़ी बकरी आ उह बाकी बच्चे आ सारे मेल ने बई यार बकरे आ सारे सारे बकरे कल्ली उह बकरी आ ना वड्डी कल्ली उह बकरी हैगी आह बाकी सारे बच्चे आ बोलो जी 55 आ सारे चलो छोटिया का कर दे काम चल वड्डी कढ दे यार 11 दा गल छियाली हजार रुपये दसना पोगा तेन बकरी कढ़ती जी बार दसो तू दसना पुछना की चार किलो भी पिछ सत भी ने यार ओनू भी दसो बी जी मीट ते भाई जांदे ने जेड़ा रखण वाला लोग मैं मैं ने असी ते मीट ते भाड़ी दी यार नहीं ले चल 5 किलो मीट ते हैगा ही है कथा आहा है तेरे रखण वाला 10000 दऊं ले लाफड़ा 11 दऊं ले 12 दऊं फड़ फड़े तो सही ओना वेचने नहीं होता जेड़े रखण वाली चीज है अब बच्चे बच्चे नरम चल जाए यार सही ला सही है 10 रुपए सही दस चल मड़ा कर ला चल कर लो तुसी दोने राय बाशवरा कर लो पहला ओदे ना करया लैणा करया कर तू ना कोई ना छाप प्लान हुंदा रड़क रड़क के नहीं काम करी जांदा रड़क के काम फट के करी जांदा बोली ना तू इको कर दम एक ही बोलना बस ना तुझे नहीं बस सही है सही है ਇਥੇ ਮਾ ਤਾਂ ਕੋਈ ਲਾਉਂਦਾ ਨਹੀਂ ਕਿਤੇ ਵੱਡੀ ਜਾਵੜੀ ਤੇ ਨਾ ਇਹ ਸਾਡੇ ਸੂਲ ਆ ਇੱਥੇ
ਖਾ ਦੋ ਬਾਈ 11 ਨੇ 11 ਹੀ ਭਣਾ ਮੈਂ ਸੌਦਾ ਹੋ ਜਾਏ ਨੇੜੇ ਦਿੱਤਾ ਹੈਗਾ ਰਹਿ ਇਹ 38,000 ਤੈਨੂੰ ਪਤਾ ਇੱਕ ਮਾਰ ਕੇ ਦੇਖ ਲੈ ਯਾਰ ਕੁਛ ਨੀ ਹੁੰਦਾ ਖਾਣ ਇੱਕ ਬਈ ਗੱਲ ਇੱਕ ਯਾਰ ਮੈਂ ਤਾਂ 33 ਕਹਿਤਾ ਚੱਲ ਠੀਕ ਹੈ ਤੇਤੀ ਦੀ ਫੜਾ ਦੇ ਯਾਰ ਦੇ ਤੂੰ ਅਗਲਾ ਕੇ ਮੇਰੀ ਸਾਈ ਫੜਾ ਤੀ ਬਾਈ ਓ ਯਾਰ ਉਹ ਨਹੀਂ ਆਂਦਾ ਕੁਛ ਯਾਰ ਨੇ ਹਰਦੂਰ ਦਾ ਘਰ ਵਾਲੇ ਇੰਨੀ ਹਿੰਮਤ ਸਾਰੇ ਚੱਲੋ ਮੇਰੇ ਭਾਈ ਤੇਰੀ ਮੰਨ ਦਾ ਹੈਗਾ ਲੈ ਉਹ ਨਹੀਂ ਹਿੰਮਤ ਰੱਖਦਾ ਮੈਂ ਉਹ ਤੇਰੀ ਮੰਨ ਦਾ ਹੈਗਾ ਕੌਣ ਲਾਸਟ ਕਿਹੜਾ ਕਹਿਦਾ ਦੇਖ ਲਾ ਬਾਈ ਯਾਰ ਦੇਖ ਲੋ ਯਾਰ ਕੋਈ ਚੱਕਰ ਨਹੀਂ ਬਾਲੇ ਲੱਗ ਜਾਂਦਾ ਲਿਖਾਈ ਦੀ ਗੱਲ ਯਾਰ ਜਿਹੜੀ ਮਾਰ ਸੌਦਾ ਮਾਰਦਾ ਹੁੰਦਾ ਯਾਰ ਉਹ ਤਾਂ ਲਿਖਾਈ ਚੋਣ ਵੀ ਪੈਣੀ ਆ ਯਾਰ ਉਹ ਯਾਰ ਵੱਕਾ ਦੇਖਣ ਇਕੱਠੇ ਨਾ ਮਾਨੀ ਜਾ ਮੈਂ ਤੈਨੂੰ ਪੂਰਾ ਸਾਢੇ 33 ਲੈ ਲੈਣ ਲਿਖਾਈ ਛੜਵਾ ਦੇ ਉਹਨੂੰ ਲਿਖਾਈ ਉਹ ਕਰਾ ਦੇ ਸਾਰੇ ਨਗ ਵੀ ਸਾਰੇ ਹੋਏ ਸੌਦਾ ਇਕੱਠੇ ਸੌਦਾ ਹੋਏ ਨਗ ਦੇ ਟਿਕਟ ਮਾੜਾ ਦੱਸੋਗੇ ਜਿਹੜਾ ਆਪਾਂ 11 ਨਗਾਂ ਦਾ ਆਪਾਂ ਸੌਦਾ ਕਰਿਆ ਹੁਣੇ ਕਿੰਨੇ ਦੇ ਵਿੱਚ ਸੌਦਾ ਹੋ ਗਿਆ ਸਾਢੇ 33,000 ਰੁਪਏ ਚ ਮੁਕਤਸਰ ਮੰਡੀ ਦੇ ਸੌਦਾ ਹੋਇਆ ਠੀਕ ਹੈ ਇੱਕ ਉਹ ਬੱਕਰੀ ਆਪਾਂ ਬਾਹਰ ਕੱਢਦੀ ਸੀ ਨਾ ਠੀਕ ਹੈ ਠੀਕ ਹੈ ਕਿਹੜਾ ਪਿੰਡ ਸੀ ਬਾਈ ਜੀ ਆਪਣਾ ਫਾਜ਼ਿਲਕਾ ਠੀਕ ਹੈ ਆਪਣਾ ਨੰਬਰ ਬੋਲ ਦਿਓ ਬਾਈ ਜੀ ਵੀਡੀਓ 93,506 ਠੀਕ ਹੈ ਆਪਣੇ ਆ ਜਿਹੜੇ ਵੱਡੇ ਬੱਕਰੇ ਵੀ ਆਪਣੇ ਆ ਨਾ ਸਾਰੇ ਠੀਕ ਹੈ ਇਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆ ਦਿਖਾਵਾਂਗੇ ਇਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਡਿਟੇਲ ਸਾਰੀ ਉਹਦਾ 33,000 ਰੁਪਏ ਚ 11 ਨਗਾਂ ਦਾ ਸੌਦਾ ਹੋਇਆ ਠੀਕ ਹੈ ਬਾਈ ਜੀ ਪੱਕਾ ਕਰਨ ਲੱਗਿਆ ਅੱਜ ਫਿਰ ਉਹੀ ਜਿਹੜੇ ਪਹਿਲਾਂ 11 ਬੱਚੇ ਸੀਗੇ ਇਹ ਮੈਨੂੰ ਆਉਂਦਾ ਸੀ ਭਰਾਵਾ ਇਹ ਲੈਦੇ 35,000 ਦੇ ਇਹਨੂੰ ਮੈਂ ਸਾਰਾ ਸਮਝਾਤਾ ਵੀ 34,500 ਆਪ ਨੂੰ ਪੈ ਗਏ 1,000 ਰੁਪਇਆ ਫਿਰ ਠੋਕ ਗਿਆ ਇਹਨੂੰ ਇੱਕ ਮਿੰਟ ਤੁਹਾਡਾ 33,500 35,000 ਜਿਹਨੂੰ ਪੈ ਗਏ ਚੱਜਾ ਹੁਣ ਤੈਨੂੰ ਹਿਸਾਬ ਕਰਕੇ ਮੈਂ ਕਹਾਂਗਾ ਸਰ ਸਾਈ ਫੜਾਈ 35,500 ਜਿਹਨੂੰ ਹੁਣ ਪੈਣਗੇ ਜੋ ਲਿਖਾਊਗਾ ਦੁਬਾਰਾ 35,500 ਪੈਣਗੇ ਇਹ ਨਾ ਮੈਨੂੰ ਲੈਦੇ 36,000 ਦੇ 500 ਦੇ ਦਿਓ ਗੁਜ਼ਾਰਾ ਨਹੀਂ 37,000 ਦੇ ਬਹਿ ਜਾਵਾਂ ਉਹ ਯਾਰ ਗੱਲ ਤਾਂ ਸੁਣ ਲਾ ਹੁਣ ਤੂੰ 100 ਰੁਪਏ ਮੈਂ ਫੜਾ ਕੇ ਤੂੰ ਫੜਾ ਤੈਨੂੰ ਉੱਧਰ ਕਿਉਂ ਭਜਦਾ ਫਿਰ ਇੱਕ ਮਿੰਟ ਸੁਣ ਲਾ ਹਾਲੇ ਫੜ ਆਪਾਂ ਪੁੱਛਿਆ ਨੀ ਜੈਜ ਨਾ ਪਾਉਂਦਾ ਸਾਰਿਆਂ ਆਪਣੇ ਭੈਣ ਭਰਾਵਾਂ ਵਾਸਤੇ 38,000 ਦੇ ਦੇਖਦੇ ਆ ਤੇਰੇ ਗਾਂ ਸੁੱਕਣ ਪੁੱਕਾ ਉਹ ਚਾਰ ਯਾਰ ਨਹੀਂ ਵੇਖ ਓਏ ਖਾਣ ਆ ਤੇ ਯਾਰ ਉਹ ਮੇਰੇ ਕੋਈ ਗੱਲ ਦਾ 10 ਮਿੰਟਾਂ ਬਾਅਦ ਯਾਰ ਬਾਈ ਬਣ ਕੇ ਯਾਰ ਹੁਣ ਬਾਈ ਸਾਰੇ ਖਰਚੇ ਪਾਣੀ ਕੱਢ ਕੇ 3,000 ਰੁਪਏ ਬਣੀ ਜਾਂਦਾ ਨਹੀਂ ਹੁਣ
खाना सही हो गया मैं मेन सारी जे तेरा पुजदा दे दे भाई भाई तेरे मेहनत कर तेन पांच हजार रुपये मिलता भाई फिर चल आहो फिर यार सही है फिर देख लो भुगता तेन फड़ ला यार हूं सैंती तक आप हजार पांच सौ पिछले बकरियां का काम मेरी बेइज्जती तेरे जेता 39 हजार तू खुश होना नहीं करते यार और पता गल की है ओ यार क्यों यार जेड करिए ना हूं बेची जाना होर मैं क्यों सुटी जाना फिर पैसे देना तेन बड़ी लम्मी जब्बो जात तो बाद खो ही गया फिर सौदा इन्हां दा ओही 11 बच्चे पुछदे हुण आपां हाँ जी 11 बच्चे सीगे छोटे छोटे सारे बच्चे जी आज देख रहे हैं आप हाँ एक बच्चा हो आज एक आ खड़ा एक आ खड़ा बाकी आ बच्चे 39 खनी 39.5 ये आप कन्फर्म करके सू दस दें 39,500 रुपये का बई जी सौदा हो चुका है इन्हों बच्चों का दुबारे मुक्तसर मंडी जी 11 नग जड़े है सेल हो दूसरी बार सेल हो चुके हैं भाई जी सर सारे ही बकरे